104 ਸਾਲਾਂ ਦੀ ਦੌੜਾਕ ਬੀਬੀ ਮਾਨਕੌਰ ਨੂੰ ਬੀਤੇ ਦਿਨ ਔਰਤ ਦਿਹਾੜੇ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਮਦ ਨੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਹਨਾਂ ਨੂੰ ਇਹ ਪੁਰਸਕਾਰ ਐਥਲੈਟਿਕਸ ਦੇ ਖੇਤਰ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ। ਇਸ ਤੋਂਨ ਵੇਖਣ ਵਾਲੀ ਗੱਲ ਇਹ ਸੀ ਕਿ ਬੀਬੀ ਮਾਨਕੌਰ ਜਦੋਂ ਰਾਸ਼ਟਰਪਤੀ ਕੋਲੋਂ ਇਹ ਵਿਕਾਰੀ ਪੁਰਸਕਾਰ ਹਾਸਲ ਕਰਨ ਦੇ ਲਈ ਜਾ ਰਹੇ ਸਨ ਤਾਂ ਉਦੋਂ ਪਹਿਲੀਆਂ 2-4 ਪੌੜੀਆਂ ਚੜ੍ਹਨ ਦੇ ਲਈ ਉਹਨਾਂ ਨੂੰ ਜ਼ਰੂਰ ਥੋੜਾ ਸਹਾਰਾ ਦਿੱਤਾ ਪਰ ਬਾਅਦ ਵਿੱਚ ਕਿਸੇ ਰੇਡ ਵਿੱਚ ਚੱਲਣ ਵਾਂਗ ਤੇਜ਼ ਕਦਮਾਂ ਨਾਲ ਚੱਲ ਕੇ ਸਟੇਜ ਤੇ ਐਨ ਵਿਚਕਾਰ ਰਾਸ਼ਟਰਪਤੀ ਰਾਮਨਾਥ ਕੋਮਤਖੜ ਪਹੁੰਚ ਗਿਆ ਬੀਬੀ ਮਾਨਕੌਰ ਪੂਰੇ ਵਿਸ਼ਵ ਦੇ ਵਿੱਚ ਵੱਖੋ ਵੱਖਰੇ ਦੌੜ ਮੁਕਾਬਲਿਆਂ ਵਿੱਚ 30 ਤੋਂ ਵੱਧ ਤਮਗੇ ਜਿੱਤ ਚੁੱਕੇ ਹਨ ਇਸ ਔਰਤ ਦਿਹਾੜੇ ਮੌਕੇ ਉਹਨਾਂ ਨੂੰ ਰਾਸ਼ਟਰਪਤੀ ਦੇ ਕੋਲੋਂ ਮਿਲਿਆ ਨਾਰੀ ਸ਼ਕਤੀ ਪੁਰਸਕਾਰ ਦੇਜ ਦਾ ਸਰਵੋੱਚ ਨਾਗਰਿਕ ਸਨਮਾਨ ਮੰਨਿਆ ਜਾਂਦਾ ਹੈ ਬੀਬੀ ਮਾਨਕੌਰ ਦੇ 82 ਸਾਲਾ ਪੁੱਤਰ ਗੁਰਦੇਵ ਸਿੰਘ ਨੇ ਬੀਤੇ ਦਿਨੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਆਪਣੇ ਇੱਕ ਚਿੱਠੀ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਮਾਂ ਨੂੰ ਸਾਲ 2019 ਦਾ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਜਾ ਰਿਹਾ ਹੈ ਨਾਰੀ ਸ਼ਕਤੀ ਪੁਰਸਕਾਰ ਤਹਿਤ 2 ਲੱਖ ਰੁਪਏ ਦੀ ਰਾਸ਼ੀ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਬੀਬੀ ਮਾਨਕੌਰ ਨੇ ਸਾਲ 2007 ਦੌਰਾਨ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਮੀਟ ਵਿੱਚ ਆਪਣਾ ਪਹਿਲਾ ਤਮਗਾ ਜਿੱਤਿਆ ਸੀ ਬੀਬੀ ਮਾਨਕੌਰ ਸਾਲ 2017 ਵਿੱਚ ਆਕਲੈਂਡ ਨਿਊਜ਼ੀਲੈਂਡ ਵਿੱਚ ਵਰਲਡ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿੱਚ ਆਏ ਸਨ ਉਹਨਾਂ ਦੇ ਨਾਂ ਤੇ ਕਈ ਰਿਕਾਰਡ ਦਰਜ ਹਨ ਉਹਨਾਂ ਪੋਲੈਂਡ ਵਿੱਚ ਵਿਸ਼ਵ ਮਾਸਟਰਜ਼ ਐਥਲੈਟਿਕਸ ਵਿੱਚ ਟਰੈਕ ਅਤੇ ਫੀਲਡ ਵਿੱਚ ਵੀ ਸੋਨੇ ਦੇ 4 ਤਮਗੇ ਜਿੱਤੇ ਸਨ ਹੂੰ ਮੈਂ ਦੂਰਾਂ ਤੋਂ ਆਈ ਚੱਲ ਕੇ ਛੋਟੇ ਆਪਣੇ ਪੁੱਤਰਾਂ ਦੇ ਦਰਸ਼ਨ ਨੂੰ

ਐਵੇਂ ਨਾਮ ਦੀ ਜਤੁਰਾ ਚਾਦੀ ਕਿਲਾ ਚ ਰਖੇ ਵਾ ਜੀ ਇਹ ਅਸੀਰਵਾਦ ਬਤਾ ਹੀ ਦੇਣੀ ਆ ਤੁਹਾਨੂੰ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ